साउथ एशियन मीडिया ग्रुप वाई मीडिया। इन्फ्लेशन नंबर्स दी कैनेडा दे विच स्टैट्स कैनेडा ने ताजा रिपोर्ट जारी की है, जिस दे विच के दस्या गया कि कैनेडा की जिहड़ी इन्फ्लेशन रेट है, महंगाई की दर है, 2.5% 2.5% ते आ गई है। इकोनोमिस्ट यही फोरकास्ट कर रहे थे कि इन्फ्लेशन की जिहड़ी रेट है 2.5% के आसपास आ जाएगी, सो आ गई है जुलाई की इन्फ्लेशन रेट। अज की जिहड़ी इन्फ्लेशन रिपोर्ट आई है, इस दे विच दस्या गया है कि ट्रैवल टूर्स या जिहड़ियां गड्डियां हैगियां ने या बिजली की दरां हैगियां ने, इहदे विच कुछ कटौती हुई है, जिहदे कारण कि ਸਾਡੀ ਜਿਹੜੀ ਇਨਫਲੇਸ਼ਨ ਰੇਟ ਹੈ ਉਹਦੇ ਵਿੱਚ ਵੀ ਕਟੌਤੀ ਹੋਈ ਹੈ। ਹੁਣ ਸਾਰਿਆਂ ਦੀਆਂ ਨਿਗਾਹਾਂ 4 ਸਪਟੈਂਬਰ ਦੇ ਉੱਤੇ ਹੋਣਗੀਆਂ। ਬੈਂਕ ਆਫ ਕੈਨੇਡਾ ਦੀ ਅਗਲੀ ਜਿਹੜੀ ਇੰਟਰਸਟ ਰੇਟ ਦੀ ਅਨਾਊਂਸਮੈਂਟ ਹੈਗੀ ਹੈ ਕਿ ਬੈਂਕ ਆਫ ਕੈਨੇਡਾ ਆਪਣਾ ਇੰਟਰਸਟ ਰੇਟ ਘਟਾਏਗਾ, ਵਧਾਏਗਾ ਜਾਂ ਸੇਮ ਰੱਖੇਗਾ, ਉਹ 4 ਸਪਟੈਂਬਰ ਨੂੰ ਕਰੇਗਾ। ਅਸੀਂ ਤੁਹਾਡੀ ਜਾਣਕਾਰੀ ਦੱਸ ਦਈਏ ਇੱਕ ਵਾਰ ਫਿਰ ਕਿ ਇਸ ਸਮੇਂ ਜਿਹੜਾ ਕਰੰਟ ਓਵਰਨਾਈਟ ਲੈਂਡਿੰਗ ਰੇਟ ਹੈ ਬੈਂਕ ਆਫ ਕੈਨੇਡਾ ਦਾ 4.5% ਹੈ, 4.5%। 0.25 ਇੱਕ ਵਾਰ ਕੱਟਿਆ ਸੀ ਬੈਂਕ ਆਫ ਕੈਨੇਡਾ ਨੇ, 0.25 ਫਿਰ ਦੁਬਾਰਾ ਕਟੌਤੀ ਕੀਤੀ ਸੀਗੀ। ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮਕਲਮ ਹੋਣਾ ਨੇ ਹਾਲ ਹੀ ਦੇ ਵਿੱਚ ਇਹ ਸਿਗਨਲ ਦਿੱਤਾ ਸੀਗਾ ਕਿ ਸੈਂਟਰਲ ਬੈਂਕ ਜਿਹੜਾ ਹੈਗਾ ਉਹ ਕੰਸਰਨ ਹੈਗਾ ਹੈ ਕਿ ਇੰਟਰਸਟ ਰੇਟ ਬਹੁਤ ਜ਼ਿਆਦਾ ਦੇਰ ਤੱਕ ਵੀ ਅਸੀਂ ਹਾਈ ਨਹੀਂ ਰੱਖ ਸਕਦੇ ਹਾਂ, ਲੇਕਿਨ ਮਹਿੰਗਾਈ ਜੇ ਥੱਲੇ ਆਏ ਤੇ ਬੈਂਕ ਆਫ ਕੈਨੇਡਾ ਵੀ ਇੰਟਰਸਟਡ ਹੈਗਾ ਕਿ ਆਪਣੇ ਇੰਟਰਸਟ ਰੇਟ ਘੱਟ ਕਰਨ ਦੇ ਵਿੱਚ। ਸੋ ਅੱਜ ਦੀ ਇਸ ਨੰਬਰ ਦੇ ਨਾਲ ਹੁਣ ਸਪਟੈਂਬਰ 4 ਸਪਟੈਂਬਰ ਨੂੰ ਇੰਟਰਸਟ ਰੇਟ ਦੇ ਵਿੱਚ ਹੋਰ ਕਟੌਤੀ ਹੋਣ ਦੇ ਆਸਾਰ ਵੱਧਦੇ ਨਜ਼ਰ ਆ ਰਹੇ ਨੇ। ਔਰ ਹੁਣ ਅਸੀਂ ਇਹ ਵੀ ਤੁਹਾਨੂੰ ਜ਼ਰੂਰ ਦੱਸ ਦਈਏ ਕਿ ਇਹ 40 ਮਹੀਨਿਆਂ ਬਾਅਦ ਐਸਾ ਮੌਕਾ ਆਇਆ ਕਿ ਜਿਹੜੀ ਮਹਿੰਗਾਈ ਦੀ ਦਰ ਹੈ ਇੰਨੀ ਘੱਟ ਹੈ। ਜੇ ਤੁਹਾਨੂੰ ਯਾਦ ਹੋਏ ਕਿਸੇ ਸਮੇਂ ਜਿਹੜੀ ਮਹਿੰਗਾਈ ਦੀ ਦਰ ਹੈਗੀ ਹੈ ਉਹ 5%, 6%, 7-8% ਤੱਕ ਚਲੀ ਗਈ ਸੀਗੀ, ਸੋ ਹੁਣ 2.5% 40 ਮਹੀਨਿਆਂ ਬਾਅਦ ਇੰਨੀ ਇੰਟਰਸਟ ਰੇਟ ਘੱਟ ਹੋਇਆ। ਸਾਊਥ ਏਸ਼ੀਅਨ ਮੀਡੀਆ ਗਰੁੱਪ ਵਾਈ ਮੀਡੀਆ।